ਅਰਜਣ ਵੈਲੀ ਨੇ ਚੱਕਾ ਓ ਅਰਜਣ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਓ ਜਦੋਂ ਬੱਬਲ ਬਾਈ ਨੇ ਗਾਣਾ ਡਬ ਕੀਤਾ ਤਾਂ ਉਹ ਕਹਿੰਦੇ ਯਾਰ ਇਹ ਗਾਣਾ ਦੋ ਵੋਕਲਾਂ 'ਚ ਹੋ ਸਕਦਾ। ਫਿਰ ਮੈਂ ਤਾਂ ਕੈਨੇਡਾ ਬੈਠਾ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਗਾਣੇ ਨੇ, ਕਹਿੰਦੇ ਜੀ ਇੱਥੇ ਧੁੰਮਾਂ ਪਾ ਰੱਖੀ, ਤੁਸੀਂ ਕਿਸੇ ਬੰਦੇ ਨੂੰ ਵੱਡਾ ਨਹੀਂ ਹੁੰਦਾ ਦੇਖ ਸਕਦੇ, ਹੈ ਨਾ। ਸੋ ਇਹ ਮੈਨੂੰ ਲੱਗਦਾ ਵੀ ਸੰਦੀਪ ਰੈਡੀ ਵੈਂਗਾ ਦੀ ਇਹ ਵਾਕਈ ਖਾਸੀਅਤ ਹੈ। ਐਨੀਮਲ ਫਿਲਮ ਦੇ ਵਿੱਚ ਭੁਪਿੰਦਰ ਬੱਬਲ ਬਾਈ ਨਾਲ ਮੈਂ ਇੱਕ ਐਜ਼ ਏ ਵੋਕਲਿਸਟ ਉਹਨਾਂ ਨਾਲ ਮੈਂ ਗਾਣਾ ਗਾਇਆ ਸੀ। ਲਗਭਗ ਸਾਰਿਆਂ ਨੇ ਉਹ ਫਿਲਮ ਨੂੰ, ਐਨੀਮਲ ਮੂਵੀ ਨੂੰ ਬਹੁਤ ਪਿਆਰ ਦਿੱਤਾ। ਮੇਰੇ ਖਿਆਲ ਦੇ ਵਿੱਚ ਉਹ ਗਾਣੇ ਨੂੰ ਵੀ ਉਹਨਾਂ ਸਾਰੀ ਦੁਨੀਆਂ ਨੇ ਸਮਝ ਲਓ ਉਹਨੂੰ ਬਹੁਤ ਅਸੈਪਟ ਕੀਤਾ, ਹੈ ਨਾ। ਬਿਲਕੁਲ, ਉਹ ਸੁਣਾਉਣਾ ਮੈਂ ਤੁਹਾਨੂੰ। ਖਾੜੇ ਵਿੱਚ ਡਾਂਗ ਖੜ ਕੇ, ਉਹ ਖਾੜੇ ਵਿੱਚ ਡਾਂਗ ਖੜ ਕੇ ਉੱਥੇ ਹੋ ਗਈ ਲੜਾਈ ਪਾਰੀ, ਅਰਜਣ ਵੈਲੀ ਨੇ ਹੋ ਅਰਜਣ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ, ਅਰਜਣ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ। ਓ ਮਾੜੀ ਜੀ ਵਿੱਚ ਬੜਕ ਵੀ ਪਾ ਦਿਓ। ਬੜਕਾਂ ਵੈਸੇ ਐ ਵੀ ਸਟੂਡੀਓ ਦੇ ਵਿੱਚ ਗਾਉਣੀਆਂ ਥੋੜੀਆਂ ਸੌਖੀਆਂ ਹੋ ਜਾਂਦੀਆਂ, ਐਂ ਜਦੋਂ ਲਾਈਵ ਦੇ ਵਿੱਚ ਗਾਉਂਦੇ ਹਨ ਉਦੋਂ ਬੜਕਾਂ ਮਾਰਨੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ। ਮਾਰ ਦਿਓ ਫਿਰ ਇੱਕ ਬਰਾੜਾਂ ਵਾਲੀ ਬੜਕ। ਉਹ ਜਿਵੇਂ ਕਹਦਾ ਨਾ ਹੋ ਅਰਜਣ ਵੈਲੀ ਨੇ ਚੱਕਾ, ਹੋ ਅਰਜਣ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ। ਓ ਕਿਆ ਬਾਤ! ਉਹ ਫਿਰ ਤੁਹਾਨੂੰ ਕਿਵੇਂ ਮੌਕਾ ਮਿਲਿਆ ਉਹ ਫਿਲਮ ਦੇ ਨਾਲ ਜਾਂ ਗੀਤ ਦੇ ਨਾਲ ਜੁੜ? ਸਾਡਾ ਇੱਕ ਮਿੱਤਰ ਹੈ ਜੀ ਰੇਮਤ ਮਾਰਵਾ, ਉਹ ਕੁਦਰਤੀ ਇਸ ਫਿਲਮ ਨਾਲ ਰਲ ਕੇ ਕੰਮ ਕਰ ਰਿਹਾ ਸੀ, ਐਨੀਮਲ ਮੂਵੀ। ਠੀਕ ਹੈ। ਜਿਹੜੇ ਸੰਦੀਪ ਵੈਂਗਾ ਜੀ ਜਿਹੜੇ ਫਿਲਮ ਦੇ ਡਾਇਰੈਕਟਰ ਹੈ, ਉਹਨਾਂ ਨੇ ਡਿਊਟੀ ਲਾਈ ਸੀ ਕਿ ਯਾਰ ਕੋਈ ਪੰਜਾਬ ਦਾ ਮੈਨੂੰ ਇੱਦਾਂ ਦਾ ਇੱਕ ਗਾਣਾ ਚਾਹੀਦਾ ਜਿਹਨੂੰ ਗਾਉਣ ਵਾਲੇ ਬੰਦੇ ਵੀ ਬਹੁਤ ਜ਼ਬਰਦਸਤ ਹੋਣ, ਕਿਉਂਕਿ ਕਲਾਈਮੈਕਸ ਦੇ ਵਿੱਚ ਗਾਣਾ ਪੈਣਾ ਸੀ। ਭੁਪਿੰਦਰ ਬੱਬਲ ਬਾਈ ਦਾ ਗਾਣਾ ਉਹਨਾਂ ਨੂੰ ਪਸੰਦ ਆ ਗਿਆ ਯੂਟਿਊਬ ਦੇ ਉੱਪਰੋਂ। ਠੀਕ ਹੈ। ਭੁਪਿੰਦਰ ਬੱਬਲ ਬਾਈ ਰਹਿਮਤ ਮਾਰਵਾ ਦੇ ਬਹੁਤ ਵਧੀਆ ਸਾਥੀ ਨੇ। ਠੀਕ ਹੈ। ਉਹਨਾਂ ਨੇ ਉਹਨਾਂ ਦੀਆਂ ਪੁਰਾਣੀਆਂ ਬਹੁਤ ਆਪਸ ਦੇ ਵਿੱਚ ਸਾਂਝਾਂ ਨੇ। ਭੁਪਿੰਦਰ ਬੱਬਲ ਬਾਈ ਗਾਣਾ ਡਬ ਕਰਨ ਗਏ ਹੋਏ ਸੀ ਦਿੱਲੀ, ਮਨਨ ਭਰਦਵਾਜ ਜਿਹੜਾ ਬਾਈ ਜਿਹਨਾਂ ਨੇ ਮਿਊਜ਼ਿਕ ਕੀਤਾ ਉਹਨਾਂ ਦੇ ਸਟੂਡੀਓ ਦੇ ਵਿੱਚ। ਲੱਕੀਲੀ ਮੈਂ ਵੀ ਉਦੋਂ ਰਹਿਮਤ ਮਾਰਵਾ ਨਾਲ ਉੱਥੇ ਗਿਆ ਹੋਇਆ ਸੀ। ਠੀਕ ਹੈ। ਅਤੇ ਸੰਦੀਪ ਰੈਡੀ ਵੈਂਗਾ ਜਦੋਂ ਉੱਥੇ ਆਏ, ਉਹ ਗਾਣਾ ਡਬ ਕਰਾਉਣ ਆਏ, ਤਾਂ ਉਹ ਗੱਲਾਂ ਕਰਦਿਆਂ ਕਰਦਿਆਂ ਜਦੋਂ ਬੱਬਲ ਬਾਈ ਨੇ ਗਾਣਾ ਡਬ ਕੀਤਾ ਤਾਂ ਉਹ ਕਹਿੰਦੇ ਯਾਰ ਇਹ ਗਾਣਾ ਦੋ ਵੋਕਲਾਂ 'ਚ ਹੋ ਸਕਦਾ। ਲੱਕੀਲੀ ਜਿਵੇਂ ਮੈਂ ਉੱਥੇ ਬੈਠਾ ਸੀ, ਉਹ ਕਹਿੰਦੇ ਜੀ ਵੀ ਸੰਦੀਪ ਰਾੜ ਹੈ ਸਾਡੇ ਕੋਲ, ਇਹ ਵੀ ਪੰਜਾਬ ਦਾ ਫੋਕ ਆਰਟਿਸਟ ਹੈ, ਅਤੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖ ਲਓ ਜੇ ਤੁਹਾਨੂੰ ਚੰਗਾ ਲੱਗਦਾ। ਉਹਨਾਂ ਨੇ ਮੈਨੂੰ ਵੀ ਮਾਈਕ ਦੇ ਉੱਪਰ ਖੜਾ ਕਰ ਲਿਆ। ਜਦੋਂ ਮੈਂ ਗਾਇਆ ਕਹਿੰਦੇ ਯਾਰ ਠੀਕ ਹੈ। ਸੋ ਮੈਨੂੰ ਲੱਗਦਾ ਸਬੱਬੀ ਕਈ ਵਾਰੀ ਪਰਮਾਤਮਾ ਜਾਂ ਕਹਿ ਲਓ ਵੀ ਸਰਸਵਤੀ ਮਾਤਾ ਜੀ ਤੁਹਾਡੇ ਉੱਤੇ ਇਹੋ ਜਿਹੀ ਕਿਰਪਾ ਹੁੰਦੀ ਹੈ ਵੀ ਤੁਹਾਨੂੰ ਪਤਾ ਨਹੀਂ ਲੱਗਦਾ। ਫਿਰ ਮੈਂ ਤਾਂ ਕੈਨੇਡਾ ਬੈਠਾ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਗਾਣੇ ਨੇ, ਕਹਿੰਦੇ ਜੀ ਇੱਥੇ ਧੁੰਮਾਂ ਪਾ ਰੱਖੀਆਂ। ਸੋ ਵੈਂਗਾ ਸਾਹਿਬ ਦਾ ਸਾਰਾ ਪਿਆਰ ਹੈ, ਉਹਨਾਂ ਨੇ ਫਿਲਮ ਦੇ ਵਿੱਚ ਕ੍ਰੈਡਿਟ ਵੀ ਦਿੱਤਾ। ਇਹ ਬਹੁਤ ਵੱਡੀ ਗੱਲ ਆ, ਨਹੀਂ ਤਾਂ ਮੈਨੂੰ ਲੱਗਦਾ ਵੀ ਪੰਜਾਬ 'ਚ ਕਈ ਵਾਰੀ ਕਰ ਜਾਂਦੇ ਆ ਕਾਲਾ ਮਾਲਾ। ਬਹੁਤ 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 ਸਾਡੇ ਲੋਕ ਫਿਰ ਵੀ ਇਹਨਾਂ ਚੀਜ਼ਾਂ ਨੂੰ ਕਹਿ ਲਓ ਤੁਸੀਂ ਗੜਬੜ ਕਰਨੋਂ ਹਟਦੇ ਨਹੀਂ, ਕਿਉਂਕਿ ਆਪਣੇ ਲੋਕਾਂ ਦੀ ਕਈ ਵਾਰੀ ਫਿਤਰਤ ਹੁੰਦੀ ਹੈ ਵੀ ਤੁਸੀਂ ਕਿਸੇ ਬੰਦੇ ਨੂੰ ਵੱਡਾ ਨਹੀਂ ਹੁੰਦਾ ਦੇਖ ਸਕਦੇ, ਹੈ ਨਾ। ਸੋ ਇਹ ਮੈਨੂੰ ਲੱਗਦਾ ਵੀ ਸੰਦੀਪ ਰੈਡੀ ਵੈਂਗਾ ਦੀ ਇਹ ਵਾਕਈ ਖਾਸੀਅਤ ਹੈ ਵੀ ਉਹਨਾਂ ਨੂੰ ਲੱਗਿਆ ਵੀ ਯਾਰ ਇਸ ਮੁੰਡੇ ਨੇ ਇਸ ਫਿਲਮ ਦੇ ਵਿੱਚ ਵੋਕਲ ਦਿੱਤੀ ਹੈ ਤਾਂ ਪ੍ਰੋਪਰ, ਹੋਰ ਨਹੀਂ ਤਾਂ ਇਹਦਾ ਨਾਂ
ਐਡੀਸ਼ਨਲ ਵੋਕਲ ਪਾ ਕੇ ਸੰਦੀਪ ਬਰਾੜ ਜ਼ਰੂਰ ਲਿਖਿਆ ਜਾਵੇ। ਬਿਲਕੁਲ, ਸੋ ਖੁਸ਼ੀ ਹੁੰਦੀ ਆ ਤੁਹਾਨੂੰ ਜਦੋਂ ਤੁਸੀਂ ਇੱਦਾਂ ਦੇ। ਹਾਂਜੀ ਹਾਂ, ਪਰ ਤੁਸੀਂ ਕੀ ਸਮਝਦੇ ਹੋ ਬਾਈ, ਜਿੱਦਾਂ ਬਾਲੀਵੁੱਡ ਨੇ ਉਸ ਕਲਾਕਾਰ ਦੀ ਪਛਾਣ ਕਰ ਲਈ ਬੱਬਲ ਸਾਹਿਬ ਦੀ, ਪੰਜਾਬੀ ਕਿਉਂ ਨਹੀਂ ਕਰ ਪਾਉਂਦੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਦੀ ਪਛਾਣ? ਦੇਖੋ, ਮੇਰੇ ਖਿਆਲ ਦੇ ਵਿੱਚ ਕਈ ਵਾਰੀ ਤੁਹਾਡੀ ਕੁਆਲਿਟੀ ਨੂੰ ਨਾ ਦੇਖਦੇ ਹੋਏ ਕਈ ਲੋਕਾਂ ਦੀ ਮਤਲਬ, ਜਾਂ ਤਾਂ ਉਹ ਕਿਸੇ ਫੇਮਸ ਬੰਦੇ ਨੂੰ ਫੜਦੇ ਆ, ਹੈ ਨਾ, ਤੁਹਾਨੂੰ ਪਤਾ ਅੱਜ ਕੱਲ੍ਹ ਸਟੂਡੀਓ ਦੇ ਵਿੱਚ ਜਿਹੜੇ ਬੰਦੇ ਨੂੰ ਬਿਲਕੁਲ ਵੀ ਨਹੀਂ ਗਾਉਣਾ ਆਉਂਦਾ ਉਹਦੇ ਤੋਂ ਵੀ ਗਵਾ ਲੈਂਦੇ ਆ। ਸੋ ਸਾਡੇ ਲੋਕ ਜੜਾਂ ਤੱਕ ਨਹੀਂ ਜਾਂਦੇ, ਹੈ ਨਾ, ਕਿਹੜੇ ਬੰਦੇ ਦੇ ਵਿੱਚ ਕੈਪੇਬਿਲਿਟੀ ਆ। ਹੁਣ ਮੈਨੂੰ ਲੱਗਦਾ ਬੱਬਲ ਬਾਈ ਨੇ ਆਪਦੇ ਟਾਈਮ ਦੇ ਵਿੱਚ ਯੂਥ ਫੈਸਟੀਵਲਾਂ ਤੋਂ ਸ਼ੁਰੂ ਹੋ ਕੇ ਔਰ ਐਡੇ ਐਡੇ ਵੱਡੇ ਗਾਣੇ ਦਿੱਤੇ ਉਹਨਾਂ ਨੂੰ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਸਾਡੇ ਕਲਚਰ ਹੀ ਹੋਰ ਹੋ ਗਿਆ, ਹੈ ਨਾ। ਬਾਲੀਵੁੱਡ ਵਾਲੇ ਇਸ ਚੀਜ਼ ਨੂੰ ਬਹੁਤ ਮੰਨਦੇ ਆ। ਅੱਛਾ, ਤੁਸੀਂ ਹੁਣ ਹੁਣ ਵੀ ਹੈ ਕੋਈ ਉੱਧਰ ਚਾਂਸ? ਬਿਲਕੁਲ ਬਿਲਕੁਲ ਆ, ਮੇਰੀਆਂ ਦੋ ਤਿੰਨ ਫਿਲਮਾਂ ਦੇ ਵਿੱਚ ਹੋਰ ਮੇਰੇ ਟਾਈਟਲ ਟਰੈਕ ਡੱਬ ਹੋ ਗਏ। ਅੱਛਾ, ਬਹੁਤ ਛੇਤੀ ਤੁਹਾਨੂੰ ਹੋਰ ਖੁਸ਼ਖਬਰੀਆਂ ਦੇ ਬਰਾੜਾਂ ਦਾ ਮੁੰਡਾ। ਹਾਂ।